ਹਾਂਜੀ, ਇਸ ਵਕਤ ਅਸੀਂ ਬੈਠੇ ਹਾਂ ਪਿੰਡ ਰੰਗੀਆਂ, ਸਾਡੇ ਨਾਲ ਭੈਣ ਮੌਜੂਦ ਹੈ। ਆਪਣੇ ਪੈਸੇ ਦੇ ਇਨਸਾਫ ਦੇ ਲਈ ਉਹ ਟੈਂਕੀ ਉੱਤੇ ਚੜ੍ਹੇ ਸੀ ਅਤੇ ਅੱਜ 72-73 ਘੰਟੇ ਹੋ ਗਏ, ਕਿਸੇ ਨੇ ਉਹਨਾਂ ਦੀ ਮਦਦ ਸਾਰ ਨਹੀਂ ਲਈ। ਗੱਲਬਾਤ ਕਰਦੇ ਹਾਂ ਭੈਣ ਦੇ ਨਾਲ ਕਿ ਉਹਨਾਂ ਦਾ ਅਸਲੀ ਕਹਾਣੀ ਕੀ ਆ। ਕੀ ਨਾਮ ਪੈਣੇ ਤੁਹਾਡਾ? ਕਰਨਜੀਤ ਕੌਰ ਜੀ। ਅੱਛਾ, ਪੂਰੀ ਕਹਾਣੀ ਕੀ ਹੈ ਤੁਹਾਡੀ? ਕੀ ਕਿੰਨਾ ਪੈਸਾ ਤੁਹਾਡਾ ਜਿਹੜਾ ਜੱਟ ਕੋਲ ਲਿਆ ਗਿਆ ਸੀ? ਸਾਡਾ ਵੀਰ ਜੀ 25 ਲੱਖ ਰੁਪਈਆ ਹੈਗਾ ਕਿ ਸਾਨੂੰ ਕਹਿੰਦਾ ਵੀ ਮੈਂ ਅਮਰੀਕਾ ਤੋਰ ਦਾਂਗਾ ਟੂਰਿਸਟ ਵੀਜ਼ੇ 'ਤੇ। ਏਜੰਟ ਦਾ ਕੀ ਨਾਮ ਸੀ? ਮਨਦੀਪ ਸਿੰਘ, ਦਿਓਲ ਗੋਤਾ ਉਹਨਾਂ ਦਾ, ਪਿੰਡ ਰੰਗੀਆਂ, ਜਸਵੰਤ ਸਿੰਘ ਦਾ ਮੁੰਡਾ ਹੈਗਾ। ਅਤੇ 25 ਲੱਖ ਰੁਪਈਆ ਲਿਆ। ਪਹਿਲਾਂ ਕਹਿੰਦਾ ਵੀ ਪਹੁੰਚ 'ਤੇ ਗੱਲ ਹੋਈ ਤੀ ਸਾਰੀ ਵੀ ਪਹੁੰਚ 'ਤੇ ਲੈਣਾ, ਮੁੜ ਕੇ ਜਦੋਂ ਇੱਥੋਂ ਤੋਰ ਲਿਆ ਦਿੱਲੀ ਜਾ ਕੇ ਸਾਤੋਂ ਪੈਸੇ ਲੱਗ ਗਿਆ ਮੰਗਣ। 25 ਲੱਖ ਰੁਪਈਆ ਅਕਾਊਂਟਾਂ ਰਾਹੀਂ ਪਾਇਆ ਸਾਰਾ ਅਸੀਂ। ਸਾਨੂੰ ਕਹਿੰਦਾ ਸੀ ਵੀ ਉਂਝ ਦੇ ਦਿਓ, ਅਸੀਂ ਉਂਝ ਨਹੀਂ ਦਿੱਤੇ, ਸਾਰੇ ਅਕਾਊਂਟਾਂ ਰਾਹੀਂ ਇੱਕ ਨੰਬਰ 'ਚ ਪੈਸੇ ਪਾਏ ਨੇ। ਅਤੇ ਮੁੜ ਕੇ ਬਸ 3 ਮਹੀਨੇ ਮੁੰਡਾ ਰਾਹ 'ਚ ਰੋਲੀ ਗਿਆ, ਜਿਵੇਂ ਦਿੱਲੀ ਮਹੀਨਾ ਵਾਹੀ ਰੱਖਿਆ, ਬੰਬੇ ਮਹੀਨਾ ਵਾਹੀ ਰੱਖਿਆ, ਬੇਦਮਾਨ ਤੋਂ ਫਿਰ ਲਿਆ ਕੇ ਦਿੱਲੀ ਬਾਤ ਆ। ਚਲ ਉਹ ਇੰਨੇ ਜਿਹੜੇ ਸੀ ਡਾਲਰ ਨਾਲ ਦਿੱਤਾ ਸੀ 1 ਲੱਖ ਰੁਪਈਆ ਪਟਾ ਕੇ, ਉਹ 1 ਲੱਖ ਰੁਪਈਆ ਜਾਣ ਸਾਰ ਉੱਥੋਂ ਫੜ ਲਿਆ ਦਿੱਲੀ ਤੋਂ ਉਹਨੂੰ। ਉਹ ਮੁੜ ਕੇ ਉੱਥੋਂ ਘਚਾਨੀ ਦੇ ਕੇ ਉੱਥੋਂ ਘਚਾਨੀ ਦੇ ਕੇ ਭੱਜ ਗਿਆ। ਮੁੰਡਾ ਨੇ ਫੋਨ ਕੀਤਾ, ਕਹਿੰਦਾ ਵੀ ਮੰਮੀ ਆਇਆ ਕਰਕੇ ਵੀ ਮਨਦੀਪ ਭੱਜ ਗਿਆ। ਅਸੀਂ ਕਿਹਾ ਚੱਲ ਕੋਈ ਨਾ ਤੂੰ ਆ ਜਾ। ਇਹ ਰੋਲਦਾ ਖੁੱਲਦਾ ਵਿਚਾਰਾ ਭੁੱਖਾ ਤਾਂ ਆਇਆ, 3 ਮਹੀਨਿਆਂ ਬਾਅਦ ਸਾਡੇ ਘਰ ਆ ਗਿਆ। ਜਦੋਂ ਅਸੀਂ ਫਿਰ ਲਾਇਆ ਫੋਨ, ਕਹਿੰਦਾ ਨਹੀਂ ਭੂਆ ਮੈਂ ਆ ਕੇ ਤੁਹਾਡੇ ਪੈਸੇ ਮੋੜੂੰਗਾ, ਵੀ ਮੈਂ ਕਿਧਰੇ ਨਹੀਂ ਜਾਂਦਾ ਹੈਗਾ। ਫਿਰ ਘਰ ਆ ਗਿਆ, ਘਰਦਿਆਂ ਕੋਲ ਲੁੱਕ ਛਿਪ ਕੇ ਰਹਿਣ ਲੱਗ ਗਿਆ। ਫਿਰ 1-2 ਵਾਰੀ ਅਸੀਂ ਘੇਰਿਆ ਵੀ ਰਾਹ 'ਚ, ਅਤੇ ਸਾਨੂੰ ਫਿਰ ਵੀ ਨਹੀਂ ਇਹਨੇ ਕੋਈ ਰਾਹ ਦਿੱਤਾ ਹੈਗਾ, ਰਾਹ ਦਿੱਤਾ ਨਹੀਂ। ਫਿਰ ਅਸੀਂ ਘਰਦਿਆਂ ਇੱਕ ਦਿਨ ਇਹ ਘਰ ਸਾਨੂੰ CID ਕਰਤੀ ਵੀ ਅੱਜ ਇਸ ਵਕਤ ਮਨਦੀਪ ਘਰ ਹੈਗਾ। ਜਦੋਂ ਅਸੀਂ ਘਰ ਆਏ ਅਤੇ ਘਰਦਿਆਂ ਨੇ ਦਬਾ ਚਾਚੇ ਨੂੰ ਫੋਨ ਲਾਇਆ ਵੀ ਮਨਦੀਪ ਘਰ ਆ, ਇਹਨੇ ਦਬਾ ਚਾਚੇ ਨੇ ਭਜਾਤਾ। ਸਾਨੂੰ ਮਿਲਿਆ ਫਿਰ ਇਹ ਰੰਗ ਉੱਥੇ ਰਾਹ 'ਚ ਜਾ ਕੇ, ਰਾਹ 'ਚ ਜਾ ਕੇ ਇਹ ਆਪਣੇ ਜਿਹੜੀ ਕਚਹਿਰੀਆਂ ਬਣੀਆਂ ਉੱਥੇ ਜਾ ਕੇ ਲੁੱਕ ਗਿਆ। ਬਸ ਸਾਨੂੰ ਵੀਰੇ ਹੋਰ ਕੋਈ ਬਸ ਨਾ ਮੈਂ ਵੱਧ ਬੋਲਣਾ ਹੈ ਨਾ, ਕਿ ਸਾਨੂੰ ਇਹੀ ਇਨਸਾਫ ਆ ਵੀ ਮੇਰੇ 25 ਲੱਖ ਰੁਪਈਆ ਵਾਪਸ ਮੁੜ ਜੇ, ਕਿ ਨਹੀਂ ਵੀਰੇ ਮੈਂ ਆਪਦਾ ਜ਼ਿੰਦਗੀ ਤੋਂ ਹੱਥ ਧੋ ਬੈਠੂੰਗੀ। ਕਿਉਂ ਮੈਂ ਤਾਂ ਆ ਦੇਖਾ ਸਾਰਾ ਕੁਛ ਵੀਰੇ ਮੈਂ ਲੈ ਕੇ ਚੜ੍ਹੀ ਹਾਂ, ਮੈਂ ਕੋਈ ਡਰਾਬਾ ਦੇਣ ਲਈ ਨਹੀਂ ਚੜ੍ਹੀ। ਠੀਕ ਆ, ਇੱਕ ਜਿਹੜਾ ਡਰਾਬਾ ਦੇਵੇ ਉਹ 'ਚ ਹੱਦ ਕੁ ਹੁੰਦੀ ਆ, ਮੈਂ ਡਰਾਬਾ ਦੇਣ ਲਈ ਨਹੀਂ ਵੀਰੇ ਚੜ੍ਹੀ ਹੈਗੀ। ਬਸ ਮੈਨੂੰ ਇਨਸਾਫ ਮਿਲ ਜੇ ਮੇਰਾ 25 ਲੱਖ ਰੁਪਈਆ ਮੁੜ ਜੇ। ਭੈਣੇ ਆਪਾਂ ਗੱਲ ਕਰਦੇ ਹਾਂ ਵੀ ਇੱਕ ਤੁਸੀਂ ਬੜੀ ਉਮੀਦ ਦੇ ਨਾਲ ਆਪਣੇ ਬੱਚੇ ਲਈ ਪੈਸੇ ਲਾਏ ਹੈ ਨਾ? ਹਾਂਜੀ। ਵੀ ਸਾਡਾ ਜਿਹੜਾ ਭਵਿੱਖ ਆ ਵਧੀਆ ਬਣੇਗਾ, ਪਿਛਲੀ ਜ਼ਿੰਦਗੀ ਨਾਲੋਂ ਆਉਣ ਵਾਲੀ ਜ਼ਿੰਦਗੀ 'ਚ ਕੁਛ ਖੁਸ਼ੀਆਂ ਆਉਣਗੀਆਂ, ਹੈ ਨਾ? ਪਰ ਹੋਇਆ ਉਹਦਾ ਉਲਟਾ। ਤੁਸੀਂ ਆਪਾਂ ਘਰ ਵੀ ਗਵਾਲਿਆ, ਪੈਸੇ ਵੀ ਗਵਾਲੇ ਜੀ। 12 ਕਨਾਲਾਂ ਪੈਲੀ ਸੀਗੀ, 12 ਦੀਆਂ 12 ਕਨਾਲਾਂ ਬਕਾਤੀਆਂ, ਇੱਕ ਗੱਡੀ ਸੀ ਉਹ ਵੀ ਬਕਾਤੀ ਇਹਨੇ। ਲਾਲਚ ਕਰੀ ਗਿਆ ਵੀ ਮੈਨੂੰ ਪੈਸੇ ਪਾਈ ਜਾਂਦੇ ਨੇ। ਜਦੋਂ 25-26 ਲੱਖ ਰੁਪਈਆ ਹੋ ਗਿਆ, ਫਿਰ ਮੁੰਡੇ ਨੂੰ ਛੱਡ ਕੇ ਦਿੱਲੀ ਭੱਜ ਗਿਆ। ਅਤੇ ਹੁਣ ਵੀਰ ਅਸੀਂ ਸਾਨੂੰ ਕੋਈ ਰਾਹ ਵੀ ਨਹੀਂ ਦਿੰਦਾ, ਹੁਣ ਜਿਹੜਾ ਹਿੱਸਾ ਰਹਿ ਗਿਆ ਅਤੇ ਉਹ ਛੋਟੇ ਮੁੰਡੇ ਦਾ ਰਹਿ ਗਿਆ। ਹੁਣ ਸਾਨੂੰ ਛੋਟਾ ਮੁੰਡਾ ਬੋਲਦਾ ਮੇਰੇ ਘਰੋਂ ਨਿਕਲੋ, ਠੀਕ ਆ ਤੁਸੀਂ ਆਪਣਾ ਹਿੱਸਾ ਲੈ ਗਏ ਵੀਰ ਜੀ, ਅਸੀਂ ਲੈ ਵੀ ਗਏ ਅਤੇ ਉਹਦਾ ਕੋਈ ਦੋਸ਼ ਵੀ ਨਹੀਂ ਹੈਗਾ। ਅਤੇ ਅਸੀਂ ਜਾਈਏ ਤਾਂ ਕਿੱਥੇ ਜਾਈਏ, ਸਾਨੂੰ ਮੌਤ ਤੋਂ ਬਿਨਾਂ ਹੋਰ ਕੁਛ ਨਹੀਂ ਦਿੰਦਾ ਮੈਨੂੰ ਤਾਂ। ਤੁਹਾਡਾ ਬੇਟਾ ਕਿੱਥੇ ਇਸ ਵਕਤ? ਬੇਟਾ ਮੇਰਾ ਥੱਲੇ ਆ ਜੀ, ਮਤਲਬ ਹੈਗੇ ਨੇ ਜਿਹੜੇ ਦਾ ਪਿੱਛੇ। ਹਾਂਜੀ। ਅਤੇ ਜਿਵੇਂ ਹੁਣ ਤੁਸੀਂ ਕੱਲ੍ਹ ਦੇ ਇੱਥੇ ਬੈਠੇ ਹੋ, ਕੋਈ ਇੱਥੇ ਉੱਚ ਅਧਿਕਾਰੀ ਜਾਂ ਕਿਸੇ ਨੇ ਤੁਹਾਨੂੰ ਵਿਸ਼ਵਾਸ ਦਵਾਇਆ ਕਿ? ਨਾ ਜੀ ਨਾ, ਕੋਈ ਆਏ ਨਹੀਂ, ਮੱਥੇ ਨਹੀਂ ਲੱਗਿਆ ਮੇਰੇ ਤਾਂ। ਆਹ ਚੌਂਕੀ ਵਾਲੇ ਆਏ ਸੀਗੇ, ਇਹ ਬਾਹਰ ਦੀ ਬਾਹਰ ਹੀ ਮੁੜ ਗਏ, ਇੱਥੇ ਕੋਈ ਨਹੀਂ ਆਇਆ ਨਾ ਮੈਨੂੰ ਦਿਖਿਆ ਕੋਈ। ਜਿਹੜਾ ਤੁਹਾਡਾ ਮਾਮਲਾ ਮਤਲਬ ਕਿੰਨੇ ਟਾਈਮ ਦਾ ਪਹਿਲਾਂ ਦਾ ਗਾ ਜੀ? ਇਹ ਹੋ ਗਏ ਸਾਲ ਵਾਂਗੂ ਹੋ ਗਿਆ, ਸਾਲ ਹੋ ਗਿਆ ਸੀ। ਘਰੇ ਜਦੋਂ ਆਉਂਦੇ ਸੀਗੇ ਘਰੇ ਮੁਲਾਜ਼ਮਾਂ ਨੂੰ ਸੱਦ ਲੈਂਦੇ ਨੇ ਚੌਂਕੀ ਨਾਲ, ਕਿਉਂ ਆਮ ਪਾਰਟੀ ਕਰਕੇ ਥੋੜ੍ਹਾ ਜਿਹਾ ਪ੍ਰਧਾਨ ਜਿਹਾ ਬਣਾਇਆ ਹੋਇਆ ਹੈਗਾ, ਉਹ ਫੋਨ ਕਰਕੇ ਸੱਦ ਲੈਂਦਾ ਸੀ, ਫਿਰ ਸਾਨੂੰ ਝਟਕੇ ਮਰਵਾਉਂਦਾ ਸੀ ਉਹਨਾਂ ਤੋਂ।
ਫਿਰ ਅਸੀਂ ਉੱਠ ਕੇ ਤੁਰ ਜਾਂਦੇ ਸੀਗੇ। ਫਿਰ ਉਹਨਾਂ ਪੁਲਿਸ ਵਾਲਿਆਂ ਨੇ ਕਹਿੰਦੇ ਵੀ ਤੁਸੀਂ ਇਹਨਾਂ ਦੇ ਘਰ ਨਹੀਂ ਆਉਣਾ ਪੈਸੇ ਮੰਗਣਾ, ਜਦੋਂ ਮੁੜ ਕੇ ਵੀ ਨਹੀਂ ਤੁਹਾਡੇ 'ਤੇ ਪਰਚਾ ਦਰਜ ਹੋ ਜੂਗਾ। ਫਿਰ ਅਸੀਂ ਡਰਦੇ ਘਰ ਨਹੀਂ ਗਏ, ਫਿਰ ਮੈਂ ਇੱਥੇ ਬਸ ਆ ਗਈ। ਇੱਕ ਤੁਸੀਂ ਮਤਲਬ ਪੈਸੇ ਲਾਏ, ਉਹ ਪੈਸੇ ਮੰਗਣ ਨੂੰ ਤੁਹਾਨੂੰ ਰੁਕਿਆ ਗਿਆ? ਹਾਂਜੀ, ਸਾਨੂੰ ਮੁਲਾਜ਼ਮਾਂ ਨੇ ਕਿਹਾ ਇੱਥੇ ਚੌਂਕੀ ਵਾਲਿਆਂ ਨੇ, ਕਹਿੰਦੇ ਵੀ ਜੇ ਤੁਸੀਂ ਦੁਬਾਰੇ ਘਰ ਆ ਗਏ ਤਾਂ ਤੁਹਾਡੇ 'ਤੇ ਪਰਚਾ ਦਰਜ ਹੋ ਜੂਗਾ, ਕੁੱਟਮਾਰ ਵੀ ਕੁੱਟਮਾਰ ਕਰਨ ਆਏ ਨੇ। ਕੀ ਨਾਸ਼ਰ ਪਤਾ ਕੀ ਨਾਮ ਉਹਨਾਂ ਦਾ? ਨਹੀਂ, ਉਹ ਮੁਲਾਜ਼ਮਾਂ ਦਾ ਨਹੀਂ ਨਾ ਪਤਾ ਹੈਗਾ। ਅਸੀਂ ਤਰਖਾਸ ਵੀ ਦੇਣ ਗਏ ਸੀਗੇ ਅਤੇ ਸਾਤੋਂ ਤਰਖਾਸ ਵੀ ਨਹੀਂ ਫੜੀ ਆ ਚੌਂਕੀ ਵਾਲਿਆਂ ਨੇ। ਕਿੰਨੇ ਟਾਈਮ ਪਹਿਲਾਂ ਦੀ ਗੱਲ? ਇਹ ਮਹੀਨੇ ਡੇਢ ਕੁ ਦੀ ਮਹੀਨੇ ਦੀ ਗੱਲ ਆ, ਤਰਖਾਸ ਨਹੀਂ ਸਾਤੋਂ ਫੜੀ ਹੈਗੀ। ਉਹ ਤਰਖਾਸਾਂ ਮੈਂ ਥੱਲੇ ਫੜਾਈਆਂ ਹੋਈਆਂ ਨੇ, ਜਿਹੜੀਆਂ ਸਾਨੂੰ ਦਿੱਤੀਆਂ ਸੀ ਵੀ ਆਹ ਧੂਰੀ ਫੜਾਉਣੀ ਆ ਸੰਗਰੂਰ, ਜਦੋਂ ਸਾਤੋਂ ਇਹਨਾਂ ਨੇ ਨਹੀਂ ਫੜੀ ਫਿਰ ਅਸੀਂ ਕਿਤੇ ਵੀ ਨਹੀਂ ਫੜਾਈਆਂ। ਇਨਸਾਫ ਦੀ ਕਿਵੇਂ ਕਰੋ? ਇਨਸਾਫ ਵੀ ਰਿਹਾ ਹੀ ਆ ਵੀ ਮੇਰਾ 25-26 ਲੱਖ ਜਿਹੜਾ ਰੁਪਈਆ ਉਹ ਮੇਰਾ ਵਾਪਸ ਕੀਤਾ ਜਾਵੇ, ਵੀ ਜੇ ਉਹ ਵਾਪਸ ਨਾ ਹੋਇਆ ਮੈਂ ਖੁਦਕੁਸ਼ੀ ਕਰ ਲੂੰਗੀ, ਵੀਰੇ ਆਪਣੇ ਆਪ ਨੂੰ ਛਾਲ ਮਾਰ ਲੂੰ ਜਾਂ ਮੈਂ ਕੁਛ ਕਰ ਲੂੰਗੀ। ਇਹ ਸੀਗੇ ਸਾਡੇ ਨਾਲ ਪੀੜਿਤ ਪਰਿਵਾਰ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਵਿਦੇਸ਼ਾਂ ਵਿੱਚ ਭੇਜਣ ਦੇ ਲਈ ਆਪਣੇ ਪੂਰੀ ਜਿਹੜੀ ਪੂੰਜੀ ਸੀ ਉਹ ਆਪਣੇ ਬੇਟੇ 'ਤੇ ਲਾ ਦਿੱਤੀ। ਕਹਿੰਦੇ ਨੇ ਕਿ ਜਦੋਂ ਆਪਾਂ ਕੋਈ ਚੰਗਾ ਸੁਪਨਾ ਦੇਖਦੇ ਹਾਂ ਮਤਲਬ ਉਹਦੇ ਲਈ ਆਪਾਂ ਆਪਣੇ ਬੱਚੇ ਲਈ ਕੁਝ ਵੀ ਕਰ ਦਿੰਦੇ ਹਾਂ। ਇਹਨਾਂ ਨੇ ਵੀ ਉਹੀ ਕੀਤਾ, ਅੱਖਾਂ ਬੰਦ ਕਰਕੇ ਵਿਸ਼ਵਾਸ ਕਰਕੇ ਟਰੈਵਲ ਏਜੰਟਾਂ ਨੂੰ ਜਿਹੜੇ ਪੈਸੇ ਦਿੱਤੇ ਗਏ ਨੇ 25-26 ਲੱਖ ਰੁਪਏ ਦੱਸ ਰਹੇ ਨੇ, ਪਰ ਉਹ ਪੈਸੇ ਲੱਗਣ ਤੋਂ ਬਾਅਦ ਵੀ ਇਹਨਾਂ ਦਾ ਬੇਟਾ ਵਾਪਸ ਆਪਣੇ ਘਰ ਆ ਗਿਆ। ਜਿਸ ਪਰਿਵਾਰ ਨੂੰ ਇਹ ਉਮੀਦ ਸੀ ਕਿ ਉਹਨਾਂ ਦਾ ਬੇਟਾ ਇੱਕ ਦਿਨ ਪੂਰੇ ਪਰਿਵਾਰ ਨੂੰ ਸੁਖਾਲਾ ਕਰੇਗਾ, ਖੁਸ਼ੀਆਂ ਦੇਵੇਗਾ, ਤਾਂ ਉਹੀ ਬੇਟਾ ਇੱਕ ਦਿਨ ਖਾਲੀ ਹੱਥ ਵਾਪਸ ਪਿੰਡ ਪਰਤਦਾ। ਤਾਂ ਤੁਸੀਂ ਜਾਣਦੇ ਹੋ ਕਿ ਇੰਨਾ ਪੈਸਾ ਲੱਗਣ ਦੇ ਬਾਵਜੂਦ ਵੀ ਜਦ ਖਾਲੀ ਬੇਟਾ ਖਾਲੀ ਹੱਥ ਉਹਨਾਂ ਕੋਲ ਪਰਿਵਾਰ 'ਚ ਪਹੁੰਚਦਾ ਤਾਂ ਉਸ ਪਰਿਵਾਰ ਦੇ ਹਾਲਾਤ ਕੀ ਹੋਣਗੇ, ਉਸ ਪਰਿਵਾਰ 'ਤੇ ਕੀ ਬੀਤਦੀ ਹੈ। ਅੱਜ ਉਹਨਾਂ ਨੂੰ ਆਪਣੇ ਉਹ ਪੈਸੇ ਵਾਪਸ ਲੈਣ ਦੇ ਲਈ ਪਿੰਡ ਦੀ ਟੈਂਕੀ 'ਤੇ ਚੜ੍ਹਨਾ ਪਿਆ, ਪਰ ਹਾਲ ਤੱਕ ਕਿਸੇ ਬੰਨਿਓਂ ਕੋਈ ਇਹਨਾਂ ਨੂੰ ਵਿਸ਼ਵਾਸ ਨਹੀਂ ਦਵਾਇਆ ਗਿਆ ਅਤੇ ਨਾ ਹੀ ਇੱਥੋਂ ਦੇ ਕਿਸੇ ਉੱਚ ਅਧਿਕਾਰੀ ਬੰਨਿਓਂ ਆ ਕੇ ਇਹਨਾਂ ਨੂੰ ਹਾਂ ਦਾ ਨਾਰਾ ਮਾਰਿਆ ਗਿਆ। ਦੇਖਣਾ ਇਹ ਬਾਕੀ ਹੈ ਕਿ ਇਸ ਪਰਿਵਾਰ ਨੂੰ ਕੀ ਇਨਸਾਫ ਮਿਲੇਗਾ ਜਾਂ ਨਹੀਂ। ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਹਰ ਗੱਲ 'ਤੇ ਵਾਰ ਵਾਰ ਇਹੀ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਕਿਸੇ ਵੀ ਥਾਂ 'ਤੇ ਧਰਨੇ ਨਹੀਂ ਲੱਗਣਗੇ, ਕੋਈ ਵੀ ਟੈਂਕੀਆਂ 'ਤੇ ਨਹੀਂ ਚੜੂਗਾ, ਪਰ ਅੱਜ ਉਹਨਾਂ ਦੇ ਹਲਕੇ ਧੂਰੀ ਦੇ ਵਿੱਚ ਇਹ ਭੈਣ ਆਪਣੇ ਪੈਸੇ ਲੈਣ ਦੇ ਲਈ ਟੈਂਕੀ 'ਤੇ ਬੈਠੇ ਨੇ। ਦੇਖਣਾ ਇਹ ਹੈ ਕਿ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਜਾਂ ਫਿਰ ਇਹਨਾਂ ਨੂੰ ਇਨਸਾਫ ਦਵਾ ਪਾਏਗਾ ਜਾਂ ਨਹੀਂ ਦਵਾ ਪਾਏਗਾ, ਇਹ ਦੇਖਣਾ ਅਜੇ ਬਾਕੀ ਹੈ। ਜਿਵੇਂ ਤੁਹਾਨੂੰ ਇਸ ਭੈਣ ਦੇ ਨਾਲ ਮਿਲਾਇਆ, ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਹਨਾਂ ਦੇ ਬੇਟੇ ਨਾਲ ਵੀ ਮਿਲਾਵਾਂਗੇ ਜਿਨ੍ਹਾਂ ਨੇ ਉਹ ਸਾਰੀ ਆਪਣੇ ਪਿੰਡੇ 'ਤੇ ਸਾਰੀ ਗੱਲ ਹੰਢਾਈ ਹੈ, ਉਹਨਾਂ ਤੋਂ ਵੀ ਸਾਰੀ ਗੱਲ ਆਪਾਂ ਜਾਣਾਂਗੇ। ਤੁਸੀਂ ਸਾਡੇ ਨਾਲ ਜੁੜੇ ਰਹੋ ਉਹਨਾਂ ਸਾਰਿਆਂ ਦਾ ਪੱਖ ਦੇਖਣ ਦੇ ਲਈ।